ਕਾਮੇਡੀ ਫਿਲਮ ਸਤਰੀ ਦਾ ਬਹੁ ਪ੍ਰਤੀਤ ਸੀਕੁਅਲ ਸਤਰੀ 2 ਆਖਰਕਾਰ ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੇ ਪਹਿਲਾਂ ਹੀ ਹਲਚਲ ਮਚਾ ਦਿੱਤੀ ਹੈ ਅਤੇ ਇਸ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰਾਂ 'ਤੇ ਹੈ, ਜਿਸ ਕਾਰਨ ਸਤਰੀ 2 ਦੀ ਬੰਪਰ ਐਡਵਾਂਸ ਬੁਕਿੰਗ ਵੀ ਹੋ ਚੁੱਕੀ ਹੈ। ਹੁਣ ਜਦੋਂ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਸਟਾਰਰ ਫਿਲਮ ਸਤਰੀ 2 ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ, ਲੋਕਾਂ ਨੇ ਟਵਿੱਟਰ 'ਤੇ ਇਸ ਦੀਆਂ ਸਮੀਖਿਆਵਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਇੱਕ ਯੂਜ਼ਰ ਨੇ ਲਿਖਿਆ, ਭਰਾ ਪੂਰੀ ਥੀਏਟਰ ਹਾਸੇ ਨਾਲ ਪਾਗਲ ਹੋ ਗਿਆ, ਇਹ ਸ਼ੁਰੂ ਤੋਂ ਹੀ ਬਹੁਤ ਵਧੀਆ ਹੈ। ਇਸ ਤਰ੍ਹਾਂ ਸੀਕਵਲ ਬਣਾਏ ਜਾਂਦੇ ਨੇ ਅਤੇ ਸਤਰੀ 1 ਦੀ ਵਿਰਾਸਤ ਨੂੰ ਪੂਰਾ ਕਰਦੇ ਨੇ। ਕਈ ਹੋਰਾਂ ਨੇ ਵੀ ਫਿਲਮ ਦੀ ਖੂਬ ਤਾਰੀਫ ਕੀਤੀ ਹੈ। ਸਤਰੀ 2 'ਚ ਅਕਸ਼ੇ ਕੁਮਾਰ ਦੇ ਕੈਮੀਓ ਨੂੰ ਕਾਫੀ ਤਾੜੀਆਂ ਮਿਲੀਆਂ ਨੇ। ਇੱਕ ਯੂਜ਼ਰ ਨੇ ਲਿਖਿਆ, ਸਤਰੀ 2 'ਚ ਅਕਸ਼ੇ ਕੁਮਾਰ ਸਰ ਦੀ ਐਂਟਰੀ ਲਈ ਥੀਏਟਰ ਨੂੰ ਸਟੇਡੀਅਮ 'ਚ ਬਦਲ ਦਿੱਤਾ ਗਿਆ ਸੀ। ਸਤਰੀ 2 ਸਰਕਟ ਦਾ ਟੈਰਰ, ਮੈਗਾ ਸਟਾਰ ਦਾ ਰੀਟਰਨ ਆਫ ਦ ਕਿੰਗ ਦੇ ਨਾਲ ਡਰਾਉਣੇ ਬ੍ਰਹਿਮੰਡ ਵਿੱਚ ਵਾਪਸ ਆ ਗਿਆ ਹੈ। ਮੇਰਾ ਜੰਗਲ ਮੈਨੂੰ ਸ਼ੇਰ ਕਹਿੰਦਾ ਹੈ। ਸ਼ਰਧਾ ਕਪੂਰ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਇੱਕ ਯੂਜ਼ਰ ਨੇ ਲਿਖਿਆ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰ ਸ਼ਕਤੀ ਖੁਰਾਨਾ ਅਤੇ ਅਭਿਸ਼ੇਕ ਬੈਨਰਜੀ ਸਟਾਰਰ ਸਤਰੀ 2 ਵਿੱਚ ਸ਼ਰਧਾ ਕਪੂਰ ਦਾ ਕਿੰਨਾ ਸ਼ਾਨਦਾਰ ਪ੍ਰਦਰਸ਼ਨ ਹੈ। ਇਹ ਡਰਾਉਣੀ ਕਾਮੇਡੀ ਅਤੇ ਥ੍ਰਿਲਰ ਨੂੰ ਪਸੰਦ ਕੀਤਾ, ਮਨੋਰੰਜਨ ਦਿਲਚਸਪ ਅਤੇ ਸੋਚਣ ਵਾਲਾ। ਸਤਰੀ 2 ਸਰਕਤੇ ਦਾ ਟੈਰਰ ਦਾ ਨਿਰਦੇਸ਼ਨ ਅਮਰ ਕੌਸ਼ਿਕ ਨੇ ਕੀਤਾ ਹੈ। ਫਿਲਮ 'ਚ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਤੋਂ ਇਲਾਵਾ ਅਪਾਰ ਸ਼ਕਤੀ ਖੁਰਾਨਾ, ਪੰਕਜ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਨੇ ਅਹਿਮ ਭੂਮਿਕਾ ਨਿਭਾਈਆਂ ਨੇ। ਇਹ ਫਿਲਮ 2018 ਵਿੱਚ ਬਹੁਤ ਸਫਲ ਰਿਲੀਜ਼ ਹੋਈ ਸਟੋਰੀ ਦਾ ਸੀਕੁਅਲ ਹੈ। ਇਸ ਵਿੱਚ ਵਰੁਣ ਧਵਲ ਅਤੇ ਤਮੰਨਾ ਭਾਟੀਆ ਦੁਆਰਾ ਕੈਮੀਓ ਵੀ ਦਿਖਾਈ ਗਿਆ ਹੈ ਅਤੇ ਇਹ ਸਟੋਰੀ ਰੂਹੀ ਭੇਡੀਆਂ ਅਤੇ ਮੁੰਜੀਆਂ ਤੋਂ ਬਾਅਦ ਮੈਡੋਕ ਅਲੌਕਿਕ ਬ੍ਰਹਿਮੰਡ ਦੀ 5ਵੀਂ ਕਿਸ਼ਤ ਹੈ।